ਸਾਡੇ ਕੋਲ ਉਸ ਟਾਈਮ ਤੇ ਭੋਗ ਲਵਾਉਣ ਵਾਲੀ ਕਿਰਪਾਨ ਹੀ ਸੀ ਸਾਡੇ ਕੋਲੇ, ਨਾ ਕੋਈ ਉਹਨਾਂ ਤੇ ਅਸੀਂ ਪੱਥਰਬਾਜ਼ੀ ਕੀਤੀ ਹੈਗੀ ਹੈ ਇਸ ਤਰ੍ਹਾਂ ਦਾ, ਜਿਵੇਂ ਕੋਈ ਪਸ਼ੂ ਨੂੰ ਵੀ ਨਹੀਂ ਕੁੱਟਦਾ ਜਿਸ ਤਰ੍ਹਾਂ ਸਾਨੂੰ ਕੁੱਟਿਆ। ਹੁਣ ਵੀ ਜਿਹੜਾ ਕੁਛ ਨਾ ਕੁਛ ਕਦੇ ਨਾ ਕਦੇ ਕੰਮ ਕਾਰ ਕਰਦੇ ਹਾਂ ਬਹੁਤ ਜ਼ਿਆਦਾ ਪੀੜ ਹੁੰਦੀ ਹੈ। ਕੱਲ੍ਹ ਮੇਰੇ ਭਰਾਵਾਂ ਨੂੰ, ਮੇਰੇ ਪਿੰਡ ਨਗਰ ਦੀ ਸੰਗਤ ਨੂੰ ਇਹ ਨਾ ਹੋਵੇ ਵੀ ਮੁੜ ਕੇ ਵੀ ਮਾਨ ਸਨਮਾਨ ਤੋਂ ਲੈ ਕੇ ਮੁੜ ਕੇ ਵੀ ਇਹਨਾਂ ਨੇ ਮੁੜ ਕੇ ਉੱਧਰ ਨੂੰ ਰਾਹ ਵੀ ਨਹੀਂ ਭੁੱਲ ਵੀ ਗਏ ਨੇ। ਦਿੱਲੀ ਜਿਹੜੀ ਘਟਨਾ ਉਦੋਂ ਉਸ ਦਿਨ ਵਰਤੀ ਹੈ, ਮੈਂ ਕਿਸਾਨ ਭਰਾਵਾਂ ਦੇ ਨਾਲ ਪਿੰਡ ਪੰਧੇਰ ਤੋਂ ਸੰਗਤ ਦੇ ਨਾਲ ਗਏ ਸੀ ਜਿਹੜੇ ਅਸੀਂ। ਸਾਡੇ ਕੋਲ ਉਸ ਟਾਈਮ ਤੇ ਭੋਗ ਲਵਾਉਣ ਵਾਲੀ ਕਿਰਪਾਨ ਹੀ ਸੀ ਸਾਡੇ ਕੋਲੇ, ਨਾ ਕੋਈ ਉਹਨਾਂ ਤੇ ਅਸੀਂ ਪੱਥਰਬਾਜ਼ੀ ਕੀਤੀ ਹੈਗੀ ਹੈ, ਨਾ ਕੋਈ ਸਾਡੇ ਕੋਲ ਕਿਰਪਾਨ ਵਗੈਰਾ ਕੋਈ ਹੈਗੀ ਸੀ। ਅਸੀਂ ਉਸ ਟਾਈਮ ਤੇ ਸਾਰਾ ਪੂਰੀ ਦੁਨੀਆਂ ਨੇ ਦੇਖਿਆ ਹੀ ਹੈਗਾ ਗਾ, ਜਿਹੜੇ 20-25 ਬੰਦਿਆਂ ਨੇ ਬਾਂਸ ਦੀਆਂ ਸੋਟੀਆਂ ਤੇ ਪਾਈਪਾਂ ਸਟੀਲ ਦੀਆਂ ਜਿਹੜੀਆਂ ਸਾਡੇ ਸਿਰ ਤੇ ਸਾਰੇ ਸਰੀਰ ਤੇ ਬਹੁਤ ਜ਼ਿਆਦਾ ਕੁੱਟ ਪਾਈ ਇਸ ਤਰ੍ਹਾਂ ਦਾ, ਜਿਵੇਂ ਕੋਈ ਪਸ਼ੂ ਨੂੰ ਵੀ ਨਹੀਂ ਕੁੱਟਦਾ ਜਿਸ ਤਰ੍ਹਾਂ ਸਾਨੂੰ ਕੁੱਟਿਆ। ਸਿਰ 'ਚ ਜਿਹੜੀਆਂ ਕੁਛ ਗੁੱਝੀਆਂ ਸੱਟਾਂ ਵੀ ਲੱਗੀਆਂ ਨੇ ਅਤੇ ਉਸ ਟਾਈਮ 'ਤੇ ਟਾਂਕੇ ਵੀ ਕੁਛ ਲੱਗੇ ਹੈਗੇ ਸੀਗੇ ਅਤੇ ਸਾਰੇ ਸਰੀਰ 'ਤੇ ਵੀ ਹੁਣ ਵੀ ਜਿਹੜਾ ਕੁਛ ਨਾ ਕੁਛ ਕਦੇ ਨਾ ਕਦੇ ਕੰਮ ਕਾਰ ਕਰਦੇ ਹਾਂ ਬਹੁਤ ਜ਼ਿਆਦਾ ਪੀੜ ਹੁੰਦੀ ਹੈ। ਇੰਨਾ ਕੁ ਮਹਿਸੂਸ ਕੀਤਾ ਵੀ ਜਗਸੀਰ ਸਿੰਘ ਅੱਜ ਤੇਰੀ ਜਾਨ ਜਾਂਦੀ ਹੈ, ਦੁਨੀਆਂ ਤੋਂ ਕਿਹੜਾ ਵਾਰ ਵਾਰ ਆਉਣਾ ਅਤੇ ਅੱਜ ਦਸਤਾਰ ਜੇ 2 ਮੀਟਰ ਦਾ ਕੱਪੜਾ ਵੀ ਇੱਕ ਸਿਰ ਢੱਕਣ ਦੇ ਲਈ ਤੂੰ ਆਪਣਾ 2 ਮੀਟਰ ਦਾ ਕੱਪੜਾ ਵੀ ਜੇ ਕਰ ਲੈਂਦਾ ਸਿਰ 'ਤੇ ਤਾਂ ਬਹੁਤ ਵੱਡੀ ਤੇਰੀ ਕੌਮ ਦੇ ਵਿੱਚ ਜਿੱਤ ਵੱਡੀ ਹੋਣੀ ਹੈ ਅਤੇ ਗੁਰੂ ਦੇ ਵਾਅਦੇ ਨੂੰ ਵੀ ਪੂਰਾ ਕਰਨ ਲੱਗਿਆ, ਸਿੱਖ ਕਹਾਉਣ ਦਾ ਹੱਕਦਾਰ ਫੇਰ ਬਣ ਸਕਦਾ। ਹਫ਼ਤਾ ਲਾਏ ਜੀ, 5 ਦਿਨ ਲਾਏ ਜਿਵੇਂ, ਉਦੋਂ ਬਾਅਦ ਸੱਟਾਂ ਵੱਜਣ ਤੋਂ ਬਾਅਦ ਵੀ ਜਿਹੜਾ ਮੈਂ ਆਪਣੀ ਸੇਵਾ ਇੱਧਰ ਵੀ ਕਰਦਿਆਂ ਹੋਇਆ ਵੀ ਮੈਂ ਫਿਰ ਵੀ ਜਾ ਕੇ ਆਏਗਾ, ਜਿੰਨਾ ਮੈਨੂੰ ਮੌਕਾ ਵੀ ਕੱਲ੍ਹ ਮੇਰੇ ਭਰਾਵਾਂ ਨੂੰ, ਮੇਰੇ ਪਿੰਡ ਨਗਰ ਦੀ ਸੰਗਤ ਨੂੰ ਇਹ ਨਾ ਹੋਵੇ ਵੀ ਮੁੜ ਕੇ ਵੀ ਮਾਨ ਸਨਮਾਨ ਤੋਂ ਲੈ ਕੇ ਮੁੜ ਕੇ ਵੀ ਇਹਨਾਂ ਨੇ ਮੁੜ ਕੇ ਉੱਧਰ ਨੂੰ ਰਾਹ ਵੀ ਨਹੀਂ ਭੁੱਲ ਵੀ ਗਏ ਨੇ ਵੀ ਮੈਂ ਕਿਸਾਨ ਭਰਾਵਾਂ ਦੇ ਨਾਲ ਡਟ ਕੇ ਖੜਿਆ। ਇਹ ਪੂਰੀ ਵਿਸ਼ਵ ਪੱਧਰ ਦੀ ਲੜਾਈ ਲੜ ਰਹੇ ਨੇ, ਪਰ ਜਿਹੜਾ ਕੋਈ ਰੋਟੀ ਨਿਆਜ਼ ਪਾਣੀ ਜਿਹੜਾ ਬੰਦਾ ਸਕਦਾ ਹੈਗਾ ਇਹ ਕਿਸਾਨਾਂ ਦੀ ਦੇਣ ਹੈ। ਇੱਥੇ ਸਤਿਗੁਰਾਂ ਦੇ ਪਾਵਨ ਸਥਾਨ ਦੇ ਕਾਫੀ ਲੰਬੇ ਸਮੇਂ ਤੋਂ ਲੈ ਕੇ ਸੇਵਾਵਾਂ ਕਰ ਰਹੇ ਨੇ। ਜਦੋਂ ਮੈਂ ਆਇਆ ਸੀ 2007 ਦੇ ਵਿੱਚ ਲਾਸਟ, ਉਦੋਂ ਇਹ ਬਾਬਾ ਜੀ ਕਲੀਅਰਨਸ਼ਿਪ ਹੁੰਦੇ ਸੀ ਇੱਥੇ ਗੁਰੂ ਸਾਹਿਬ ਦੇ ਪਾਵਨ ਸਥਾਨਾਂ 'ਤੇ ਇਹਨਾਂ ਨੇ ਸੇਵਾਵਾਂ ਕੀਤੀਆਂ। ਸੇਵਾ ਕਰਦਿਆਂ ਕਰਦਿਆਂ ਗੁਰਬਾਣੀ ਸੁਣਦਿਆਂ ਕਥਾ ਕੀਰਤਨ ਸੁਣਦਿਆਂ ਉਹਨਾਂ ਦਾ ਮਨ ਬਣ ਗਿਆ ਅਤੇ ਅਸੀਂ ਇਹਨਾਂ ਨੂੰ ਅੰਮ੍ਰਿਤ ਛਕਣ ਵਾਸਤੇ ਪ੍ਰੇਰਿਆ। ਕਹਿਣ ਲੱਗੇ ਜੀ ਅਜੇ ਮੇਰੀ ਤਿਆਰੀ ਤਾਂ ਨਹੀਂ ਸੀ, ਪਰ ਮੈਂ ਹੁਣ ਤੁਸੀਂ ਮੇਰੇ ਘਰ ਚੱਲ ਕੇ ਆਈਏ ਸੰਗਤ ਅਤੇ ਅਸੀਂ ਅੰਮ੍ਰਿਤ ਜ਼ਰੂਰ ਛਕਾਂਗੇ। ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਸੰਗਤ ਮਿਲਣ ਵਾਸਤੇ ਆਈ ਜੀ।
ਕੌਮ ਨੇ ਬਹੁਤ ਆਦਰ ਸਤਿਕਾਰ ਦਿੱਤਾ ਜੀ ਇਹਨਾਂ ਨੂੰ, ਘਰ ਬਹੁਤ ਸੋਹਣਾ ਬਣ ਗਿਆ ਜੀ, ਸੰਸਥਾਵਾਂ ਰਲ ਮਿਲ ਕਰਕੇ ਬਹੁਤ ਵਧੀਆ, ਪਿੰਡ ਨੇ ਵੀ ਸਹਿਯੋਗ ਦਿੱਤਾ, ਨਗਰ ਪੰਚਾਇਤ ਨੇ ਜਿਹੜੀ ਜ਼ਮੀਨ ਸੀ ਤਕਰੀਬਨ 10 ਵਿਸਵੇ ਇਹਨਾਂ ਨੂੰ ਪੰਚਾਇਤ ਦੇ ਵਿੱਚੋਂ ਦਿੱਤਾ ਗਿਆ ਜਗ੍ਹਾ, ਬਹੁਤ ਸੋਹਣੀ ਜਗ੍ਹਾ ਬਣ ਗਈ ਜੀ, ਤਿਆਰ ਹੋ ਗਈ, ਬਸ ਹੁਣ ਰਿਹਾਇਸ਼ ਕਰਨ ਦੀ ਤਿਆਰੀ ਹੈ। ਸੰਘਰਸ਼ ਦੇ ਵਿੱਚ ਬਹੁਤ ਸਾਰੇ ਚਿਹਰੇ ਆਏ ਨੇ ਅੱਗੇ, ਪਰ ਜੇ ਇੱਥੋਂ ਦੇ ਇਲਾਕੇ ਦੇ ਆਪਾਂ ਵੇਖੀਏ ਤਾਂ ਬਾਬਾ ਜੱਗੀ ਜੀ, ਜਗਸੀਰ ਸਿੰਘ ਜੱਗੀ, ਇਹਨਾਂ ਦਾ ਨਾਮ ਪਹਿਲੇ ਨੰਬਰ 'ਤੇ ਮੰਨ ਲਓ ਤੁਸੀਂ ਇੱਥੇ।